ਦੇਸ਼ ਦੀ ਕਿਸਾਨੀ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਨਿਕਲ ਰਹੀ ਹੈ। ਕੁਝ ਚੀਜ਼ਾਂ ਐਸੀਆਂ ਨੇ ਜਿਹਦੇ ਵਿੱਚ ਸਿਰਫ ਸਰਕਾਰ ਹੀ ਇਹਦੇ ਵਿੱਚ ਇੱਕ ਯੋਗਦਾਨ ਪਾ ਸਕਦੀ ਹੁੰਦੀ ਹੈ, ਕਿਉਂਕਿ ਜਦੋਂ ਪਹਿਲਾ ਗ੍ਰੀਨ ਰੈਵੋਲੂਸ਼ਨ ਆਇਆ ਸੀ ਉਦੋਂ ਪ੍ਰਮੁੱਖ ਏਜੰਡਾ ਇਹ ਸੀਗਾ ਕਿ ਦੇਸ਼ ਦੇ ਵਿੱਚੋਂ ਭੁੱਖਮਰੀ ਦੂਰ ਕੀਤੀ ਜਾਵੇ। ਉਦੋਂ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੁਦਰਤੀ ਸੋਮਿਆਂ ਦਾ ਲੋੜ ਤੋਂ ਵੱਧ ਯੂਟੀਲਾਈਜੇਸ਼ਨ ਹੋ ਜਾਏਗੀ, ਪਾਣੀ ਜ਼ਮੀਨ 'ਚੋਂ ਕੱਢ ਲਿਆ ਜਾਏਗਾ ਜਾਂ ਖੁਰਾਕੀ ਤੱਤ ਜਿਹੜੇ ਨੇ ਉਹ ਪਹਾੜਾਂ 'ਚੋਂ ਰੁੜ ਕੇ ਨਦੀਆਂ ਰਾਹੀਂ ਆਉਂਦੇ ਨੇ ਉਹਦੇ ਨਾਲ ਕੋਈ ਫਰਕ ਪਏਗਾ, ਜਾਂ ਜ਼ਮੀਨ ਦੇ ਵਿੱਚ ਜਿਹੜੀ ਬੰਜਰ ਹੋ ਜਾਏਗੀ ਕੁਝ ਸਾਲਾਂ ਦੇ ਵਿੱਚ। ਉਸ ਵੇਲੇ ਪੰਜਾਬ ਅਤੇ ਉੱਤਰੀ ਭਾਰਤ ਦੇ ਸੂਬਿਆਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਇਹਦੇ ਵਿੱਚ ਪਾਇਆ ਫੂਡ ਸਿਕਿਉਰਿਟੀ ਨੂੰ ਚੰਗਾ ਬਣਾਉਣ ਲਈ ਸਾਡੇ ਦੇਸ਼ ਵਿੱਚ, ਕਿਉਂਕਿ ਵਿਦੇਸ਼ਾਂ ਦੇ ਵਿੱਚ ਕੈਂਪ ਲੱਗਦੇ ਸਨ ਕਿ ਭਾਰਤ ਦੇ ਵਿੱਚ ਭੁੱਖਮਰੀ ਦੇ ਸ਼ਿਕਾਰ ਲੋਕ ਨੇ, ਲੱਖਾਂ ਦੀ ਤਾਦਾਦ ਵਿੱਚ ਮਰ ਰਹੇ ਨੇ, ਉਹਦੇ ਲਈ ਸਾਨੂੰ ਜੋ ਵੀ ਸਹਾਇਤਾ ਕਰ ਸਕਦੇ ਹੋ ਕਰੋ। ਉਹਨਾਂ ਚੀਜ਼ਾਂ ਨੂੰ ਜਦੋਂ ਅੱਜ ਦੇਖੀਦਾ ਅਤੇ ਇਸ ਵੇਲੇ ਦੀ ਮੌਜੂਦਾ ਪੀੜ੍ਹੀ ਨੂੰ ਅਤੇ ਮੌਜੂਦਾ ਜੋ ਸੰਸਥਾ ਹੈ ਸੱਤਾ ਦੇ ਵਿੱਚ ਹੈ ਉਹਨੂੰ ਸ਼ਾਇਦ ਉਹ ਗੱਲਾਂ ਬਾਰੇ ਕੋਈ ਗਿਆਨ ਵੀ ਨਹੀਂ ਹੈ, ਨਾ ਹੀ ਕੋਈ ਗਿਆਨ ਲੈਣਾ ਚਾਹੁੰਦਾ ਉਸ ਮੁੱਦੇ ਦੇ ਉੱਤੇ ਕਿ ਅਗਲੀ ਪਲੈਨਿੰਗ ਕੀ ਕਰਨ ਵਾਲੀ ਹੈ। ਹੁਣ ਜੋ ਗੱਲ ਚੱਲ ਰਹੀ ਹੈ ਕਿ ਦੂਸਰੇ ਹਰੇ ਇਨਕਲਾਬ ਦੀ ਜਾਂ ਸੈਕਿੰਡ ਪੁਸ਼ ਟੂ ਗ੍ਰੀਨ ਰੈਵੋਲੂਸ਼ਨ, ਉਹਦੇ ਵਿੱਚ ਖੁਰਾਕੀ ਤੱਤਾਂ ਦੀ ਗੱਲ ਹੋਣ ਲੱਗ ਪਈ ਹੈ, ਖੇਤੀ ਦੇ ਵਿੱਚ ਜੋ ਕੁਦਰਤੀ ਸੋਮੇ ਅਤੇ ਬਾਕੀ ਚੀਜ਼ਾਂ ਦੀ ਸੰਯਮ ਨਾਲ ਵਰਤਣ ਦੀ ਗੱਲ ਹੋ ਚੁੱਕੀ ਹੈ, ਉਹਦੀ ਫੂਡ ਵੈਲਿਊ ਦੀ ਗੱਲ ਹੋ ਰਹੀ ਹੈ, ਕਿਸਾਨੀ ਦੇ ਲਈ ਜਿਹੜੀ ਉਹਦੀ ਇਨਕਮ ਹੈ ਵਧਾਉਣ ਦੀ ਉਹਦੀ ਗੱਲ ਹੋ ਰਹੀ ਹੈ, ਵੱਧ ਝਾੜ ਦੇਣ ਦੀ ਗੱਲ ਹੋ ਰਹੀ ਹੈ। ਇਸ ਮੌਕੇ ਗੱਲ ਉਹ ਆ ਰਹੀ ਹੈ ਕਿ ਸਾਰੇ ਦੇਸ਼ ਨੂੰ ਇੱਕੋ ਮੁੱਢੋਂ ਇੱਕੋ ਢੰਗ ਨਾਲ ਗੱਲ ਨਾ ਕੀਤੀ ਜਾਵੇ ਕਿ ਜਦੋਂ ਦੂਸਰਾ ਪੁਸ਼ ਚਾਹੀਦਾ, ਦੂਸਰਾ ਹਮਲਾ ਮਾਰਨਾ ਹੈ ਕਿਸਾਨੀ ਲਈ, ਉਸ ਵੇਲੇ ਨਾਰਦਰਨ ਸਟੇਟਸ ਨੇ ਜਿਹੜੀਆਂ ਉਹਨਾਂ ਨੂੰ ਬਾਕੀ ਪ੍ਰਦੇਸ਼ਾਂ ਨਾਲੋਂ ਅਲੱਗ ਚੁਣਿਆ ਜਾਵੇ। ਮੈਨੂੰ ਇੱਕ ਵਾਰ ਪਲੈਨਿੰਗ ਕਮਿਸ਼ਨ ਦੇ ਵਿੱਚ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਵਿੱਚ ਜਦੋਂ ਵਿਜ਼ਨ 2030 ਤਿਆਰ ਹੋ ਰਿਹਾ ਸੀ, ਉਦੋਂ ਮੈਂ ਇਹੋ ਗੱਲ ਬੜੇ ਜ਼ੋਰਦਾਰ ਢੰਗ ਨਾਲ ਉਠਾਈ ਕਿ ਕੋਈ ਆਦਮੀ ਸਾਈਕਲ 'ਤੇ ਚੱਲਿਆ ਜਾ ਰਿਹਾ ਔਰ ਕੋਈ ਕਾਰ 'ਤੇ ਚੱਲਿਆ ਜਾ ਰਿਹਾ। ਹੁਣ ਤੁਸੀਂ ਸੈਕਿੰਡ ਪੁਸ਼ ਦੀ ਗੱਲ ਕਰ ਰਹੇ ਹੋ, ਤੁਸੀਂ ਕਾਰ ਵਾਲੇ ਨੂੰ ਕਹਿ ਰਹੇ ਹੋ ਕਿ ਮੋਟਰਸਾਈਕਲ 'ਤੇ ਆ ਜਾ, ਕਿਉਂਕਿ ਸਾਈਕਲ ਵਾਲੇ ਨੂੰ ਅਪਗ੍ਰੇਡ ਕਰਕੇ ਅਸੀਂ ਮੋਟਰਸਾਈਕਲ 'ਤੇ ਲੈ ਕੇ ਆ ਰਹੇ ਹਾਂ, ਮੈਨੂਅਲ ਚੀਜ਼ਾਂ ਨੂੰ ਹੁਣ ਅਸੀਂ ਮੈਕਨਾਈਜ਼ ਲੈ ਕੇ ਆ ਰਹੇ ਹਾਂ। ਅਤੇ ਪੰਜਾਬ ਅਤੇ ਉੱਤਰੀ ਭਾਰਤ ਦਾ ਕਿਸਾਨ ਤਾਂ ਆਲਰੇਡੀ ਗੱਡੀ 'ਤੇ ਟਰੈਵਲ ਕਰ ਰਿਹਾ, ਕਾਰ 'ਤੇ, ਚਾਰ ਪਹੀਆ ਵਾਹਨ 'ਤੇ, ਜਿਹਦਾ ਗੇਅਰ ਆ ਸਭ ਕੁਛ ਬਣਿਆ ਹੋਇਆ ਹੈ, ਤਾਕਤ ਆ ਉਹਦੇ ਵਿੱਚ, ਉਹ ਤਾਂ ਅੱਗੋਂ ਤੁਹਾਡੇ ਕੋਲੋਂ ਹੈਲੀਕਾਪਟਰ ਮੰਗਣ ਦੀ ਗੱਲ ਕਰ ਰਿਹਾ, ਅਤੇ ਜੇ ਤੁਸੀਂ ਉਹਨੂੰ ਇਹਦੇ ਨਾਲ ਕੰਪੇਅਰ ਕਰੋਗੇ ਤਾਂ ਇਹ ਕੋਈ ਠੀਕ ਵਰਤਾਰਾ ਨਹੀਂ ਹੈਗਾ। ਇਸ ਵੇਲੇ ਮੁਸ਼ਕਲ ਇਹ ਆ ਰਹੀ ਹੈ ਕਿ ਜੋ ਧਰਾਤਲ ਦੀ ਹਕੀਕਤ ਆ ਉਹ ਡਿਸੀਜ਼ਨ ਮੇਕਰ ਨੂੰ ਪਤਾ ਨਹੀਂ ਲੱਗ ਰਹੀ, ਜੋ ਡਾਟਾ ਥੱਲਿਓਂ ਚੱਲ ਕੇ ਜਾ ਰਿਹਾ ਉਹ ਉਹਦੇ ਉੱਤੇ ਹੀ ਠੰਡੇ ਏਸੀ ਲੱਗੇ ਰੂਮਾਂ ਦੇ ਵਿੱਚ ਬੈਠ ਕੇ ਵਿਚਾਰ ਕਰ ਰਹੇ ਨੇ, ਲੇਕਿਨ ਜਿਹੜੇ ਸਾਇੰਸਦਾਨ ਰਿਸਰਚ ਕਰ ਰਹੇ ਨੇ, ਜਿਹੜੇ ਉੱਭਰਦੇ ਹੋਏ ਕਿਸਾਨ ਨੇ, ਕਿਸਾਨ ਆਗੂ ਨੇ, ਅਗਾਂਹ ਵਧੂ ਕਿਸਾਨ ਨੇ, ਜੋ ਚੀਜ਼ਾਂ ਨਵੀਆਂ ਲੈ ਕੇ ਆ ਰਹੇ ਨੇ, ਉਹ ਜਿਹੜਾ ਆਪਸ ਦੇ ਵਿੱਚ ਖੱਪਾ ਪੈਦਾ ਹੋ ਗਿਆ, ਖਲਾਅ ਪੈਦਾ ਹੋਇਆ, ਉਹ ਕਿਸ ਤਰ੍ਹਾਂ ਪੂਰਾ ਹੋਏਗਾ, ਉਹ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਸਮਾਂ ਹੈ ਇਸ ਵੇਲੇ ਕਿ ਜਿਹੜਾ ਸੈਕਿੰਡ ਪੁਸ਼ ਟੂ ਗ੍ਰੀਨ ਰੈਵੋਲੂਸ਼ਨ ਹੈ ਉਹਨੂੰ ਇੱਕ ਬੜੇ ਢੰਗ ਨਾਲ ਵੇਖਣ ਦੀ ਲੋੜ ਆ। ਹਵਾਈ ਵਾਅਦਿਆਂ ਨਾਲ, ਦਮਗ ਜੇ ਵਜਾਉਣ ਦੇ ਨਾਲ ਕੋਈ ਗੱਲ ਨਹੀਂ ਹੋਣ ਵਾਲੀ। ਸਾਨੂੰ ਗਲੋਬਲ ਸਿਨੈਰੀਓ ਦੇ ਵਿੱਚ ਭਾਰਤ ਨੂੰ ਖੇਤੀ ਇੱਕ ਲਾਹੇਵੰਦਾ ਤਰੀਕਾ ਵਿਖਾਉਣ ਦੀ ਲੋੜ ਆ। ਪਿਛਲੇ ਸਮੇਂ ਵਿੱਚ ਮੈਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਇੰਗਲੈਂਡ ਦੇ ਵਿੱਚ, ਜਿੱਥੇ ਕਿ ਸਭ ਤੋਂ ਜ਼ਿਆਦਾ ਯੂਰਪ ਦੀ ਕੰਟਰੋਲ ਐਗਰੀਕਲਚਰ ਹੁੰਦੀ ਹੈ, ਉੱਥੋਂ ਦੇ ਐਗਰੀਕਲਚਰ ਮਿਨਿਸਟਰ ਸੀਗੇ ਅਤੇ ਫਿਸ਼ਰੀ ਮਿਨਿਸਟਰ ਸੀ ਡੇਵਿਡ ਮਿਲੀਬੈਂਡ। ਉਹ ਸਾਨੂੰ ਵੇਖ ਕੇ, ਇਸ ਮੈਂ ਭਾਰਤ ਸਰਕਾਰ ਦੇ ਇੱਕ ਡੈਲੀਗੇਸ਼ਨ ਦੀ ਨੁਮਾਇੰਦਗੀ ਕਰ ਰਿਹਾ ਸੀ, ਉਹਨਾਂ ਮੈਨੂੰ ਕਿਹਾ ਕਿ ਤੁਸੀਂ ਨੌਜਵਾਨੀ ਨੂੰ ਕਿਸਾਨੀ 'ਚ ਕਿਸ ਤਰ੍ਹਾਂ ਅਟਰੈਕਟ ਕਰੋਗੇ ਯੂਰਪੀਅਨ ਯੂਨੀਅਨ 'ਚ, ਅਤੇ ਖਾਸ ਕਰਕੇ ਇੰਗਲੈਂਡ ਦੇ ਵਿੱਚ ਕੋਈ ਨਵਾਂ ਨੌਜਵਾਨ ਕਿਸਾਨ ਬਣਨ ਨੂੰ ਤਿਆਰ ਨਹੀਂ ਹੈਗਾ। ਉਹਨਾਂ ਨੇ ਸਾਨੂੰ 2% ਦੱਸਿਆ ਕਿ ਜਿਹੜੇ ਕਿਸਾਨੀ ਦੇ ਵਿੱਚ ਲੋਕ ਰਹਿ ਗਏ ਨੇ। ਜੇ ਉਸ ਨੂੰ, ਉਸ ਪਰਿਪੇਖ ਨੂੰ ਆਪਣੇ ਦੇਸ਼ ਵਿੱਚ ਵੇਖੀਏ ਤਾਂ ਹਾਲਾਤ ਇੱਥੇ ਵੀ ਉਹੋ ਜਿਹੇ ਬਣਦੇ ਜਾ ਰਹੇ ਨੇ। ਜੋ ਨੌਜਵਾਨ ਹੈ ਉਹ ਬਿਲਕੁਲ ਕਿਸਾਨੀ ਦੇ ਵਿੱਚ ਨਹੀਂ ਪੈਣਾ ਚਾਹ ਰਿਹਾ, ਉਹ ਇਹਨੂੰ ਕੈਰੀਅਰ ਨਹੀਂ ਦੇਖ ਰਿਹਾ, ਕਿਸਾਨੀ ਕੋਈ ਲਾਹੇਵੰਦਾ ਧੰਦਾ ਨਹੀਂ ਰਹਿ ਗਿਆ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਦੇਸ਼ ਵਿੱਚ ਕੋਈ ਹੱਲੇ ਇੰਨਾ ਸਨਅਤੀਕਰਨ ਨਹੀਂ ਹੋ ਗਿਆ, ਆਲਟਰਨੇਟ ਸੋਰਸ ਆਫ ਇਨਕਮ ਕਿੱਥੋਂ ਆਉਣਗੇ? ਸਿਰਫ ਅਤੇ ਸਿਰਫ ਕਿਸਾਨੀ ਹੈ ਜਿਹੜੀ ਕਿਸੇ ਵੇਲੇ 82% ਲੋਕਾਂ ਦਾ ਧੰਦਾ ਸੀ, ਇਸ ਵੇਲੇ 62 ਤੋਂ 63% ਲੋਕ ਹੱਲੇ ਵੀ ਕਿਸਾਨੀ ਦੇ ਵਿੱਚ ਨੇ।
ਜਿੱਥੇ ਉਹ ਫੂਡ ਸਿਕਿਉਰਿਟੀ ਲਈ ਬਹੁਤ ਜ਼ਰੂਰੀ ਨੇ, ਉੱਥੇ ਉਹਨਾਂ ਦੇ ਆਪਣੇ ਰਹਿਣ ਸਹਿਣ ਲਈ ਵੀ ਖੇਤੀਬਾੜੀ 'ਤੇ ਉਹਨਾਂ ਦਾ ਨਿਰਭਰ ਕਰਨਾ ਬਹੁਤ ਜ਼ਰੂਰੀ ਹੈ। ਅਤੇ ਜੇ ਸਮੇਂ ਦੀਆਂ ਸਰਕਾਰਾਂ ਇਸ ਬਾਰੇ ਨਹੀਂ ਸੋਚਣਗੀਆਂ ਤਾਂ ਆਉਂਦੇ ਦਿਨਾਂ ਵਿੱਚ ਹੋਰ ਹਾਲਾਤ ਮੁਸ਼ਕਲ ਵੱਲ ਵੱਧ ਰਹੇ ਨੇ। ਇਸੇ ਚੀਜ਼ ਨੂੰ ਅੱਗੇ ਮੁੱਖ ਰੱਖਦਿਆਂ ਹੋਇਆ ਇੱਕ ਆਰਿਆ ਸਕੀਮ ਲਾਂਚ ਕੀਤੀ ਗਈ UPA ਸਰਕਾਰ ਵੱਲੇ, ਅਟਰੈਕਟਿੰਗ ਰੂਰਲ ਯੂਥ ਇਨ ਐਗਰੀਕਲਚਰ। ਉਸ ਵੇਲੇ ਮੈਂ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨਾਂ ਦੀ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਵਿੱਚ ਬਤੌਰ ਕੌਮੀ ਵਾਈਸ ਚੇਅਰਮੈਨ ਦੇ ਇਹਨੂੰ ਚਲਾ ਰਿਹਾ ਸੀਗਾ। ਉਦੋਂ ਮੈਂ ਇਹੋ ਬੇਨਤੀ ਕੀਤੀ ਕਿ ਸਾਰੇ ਫੋਰਮ ਦੇ ਉੱਤੇ ਕਿ ਜਦੋਂ ਤੱਕ ਨੌਜਵਾਨੀ ਕਿਸੇ ਇੱਕ ਮੁਹਿੰਮ ਨੂੰ ਆਪਣੇ ਮੋਢਿਆਂ 'ਤੇ ਚੱਕ ਕੇ ਨਹੀਂ ਚੱਲੇਗੀ ਉਦੋਂ ਤੱਕ ਇਹ ਗੱਲ ਨਹੀਂ ਬਣਨ ਵਾਲੀ ਹੈਗੀ। ਉਹਨੂੰ ਹੀ ਪ੍ਰਮੁੱਖਤਾ ਦੇ ਨਾਲ ਜਿੱਥੇ ਕਿਸਾਨੀ ਲਾਹੇਵੰਦਾ ਧੰਦਾ ਹੋਏਗਾ ਉੱਥੇ ਉਹਨਾਂ ਨੂੰ ਉਹਦੇ ਵਿੱਚ ਰੋਜ਼ਗਾਰ ਮਿਲੇਗਾ, ਅਤੇ ਤੀਸਰਾ ਜਿਹੜਾ ਹੈ ਉਹਨਾਂ ਦੇ ਨਾਲ ਦੇ ਰਹਿਣ ਸਹਿਣ ਵਾਲਿਆਂ ਲਈ ਜਿਹੜੇ ਉਹਨਾਂ ਦੇ ਕੋਵਰਕਰ ਨੇ ਉਹਨਾਂ ਲਈ ਵੀ ਇਮਾਨਦਾਰੀ ਦੇ ਨਾਲ ਇੱਕ ਚੰਗਾ ਲਾਹੇਵੰਦਾ ਧੰਦਾ ਹਿੱਸਾ ਬਣਦਿਆਂ ਹੋਇਆਂ ਇੱਕ ਇੰਪਲੋਇਮੈਂਟ ਜਨਰੇਸ਼ਨ ਹੋਏਗੀ। ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਉਹ ਲੋਕ ਸ਼ਹਿਰਾਂ ਵੱਲ ਜਾਣਾ ਸ਼ੁਰੂ ਕਰਨਗੇ। ਸ਼ਹਿਰਾਂ ਦੇ ਵਿੱਚ ਅਰਬਨ ਇਨਫਰਾਸਟ੍ਰਕਚਰ ਜਿਹੜਾ ਆਲਰੇਡੀ ਚੋਕਡ ਹੈਗਾ, ਜਿਹੜਾ ਵੀ ਨੌਜਵਾਨ ਸ਼ਹਿਰ ਦੇ ਵਿੱਚ ਆਏਗਾ ਪਹਿਲਾਂ ਤਾਂ ਉਹ ਘਰੋਂ ਨੁਕਸਾਨ ਖਾਏਗਾ, ਇੱਥੇ ਆ ਕੇ ਨਵਾਂ ਘਰ ਵਸਾਉਣ ਦੀ ਕੋਸ਼ਿਸ਼ ਕਰੇਗਾ, ਨਹੀਂ ਤਾਂ ਸ਼ੇਅਰਿੰਗ ਦੇ ਵਿੱਚ ਕਈ ਕਈ ਨੌਜਵਾਨ ਇਕੱਠੇ ਇੱਕੋ ਜਗ੍ਹਾ 'ਤੇ ਰਹਿਣਗੇ। ਸਵੇਰ ਵੇਲੇ ਉਹਨਾਂ ਨੂੰ ਉੱਠ ਕੇ ਪਾਣੀ ਚਾਹੀਦਾ ਹੈ, ਨੇਚਰ ਕਾਲ ਲਈ ਉਹਨਾਂ ਨੂੰ ਜਾਣਾ ਹੋਏਗਾ, ਸੌਣ ਲਈ ਜਗ੍ਹਾ ਚਾਹੀਦੀ ਹੋਏਗੀ। ਅਰਬਨ ਇਨਫਰਾਸਟ੍ਰਕਚਰ 'ਤੇ ਅੱਗੇ ਹੀ ਬਹੁਤ ਵੱਡਾ ਭਰਿਆ ਹੋਇਆ, ਅਤੇ ਜੇ ਆ ਕੇ ਉਹਨੇ ਛੋਟਾ ਕੰਮ ਹੀ ਕਰਨਾ ਹੈ ਅਤੇ ਉਹਦੇ ਲਈ ਕਿਉਂ ਨਹੀਂ ਸਾਧਨ ਉਹਦੇ ਪਿੰਡ 'ਚ ਅਤੇ ਉਹਦੇ ਘਰ ਦੇ ਨੇੜੇ ਬਣਾਇਆ ਜਾਂਦਾ ਤਾਂ ਕਿ ਉਹ ਆਪਣੇ ਘਰ ਦੇ ਕੋਲ ਰਹੇ, ਆਪਣੇ ਮਾਂ ਬਾਪ ਕੋਲ ਰਹੇ, ਆਪਣੇ ਪਰਿਵਾਰ ਕੋਲ ਰਹੇ, ਔਰ ਇੱਕ ਜਿਹੜਾ ਸੋਸ਼ਲ ਫਾਈਬਰ ਹੈ ਉਹ ਖਰਾਬ ਨਾ ਹੋਵੇ। ਉਹਦੇ ਨਾਲ ਕੀ ਹੋਏਗਾ, ਦੋ ਘਰ ਨਹੀਂ ਬਣਨਗੇ, ਦੋ ਸਟੈਬਲਿਸ਼ਮੈਂਟ ਕੋਸਟ ਨਹੀਂ ਬਣਨਗੀਆਂ, ਔਰ ਜੋ ਸਭ ਤੋਂ ਵੱਡਾ ਦੇਸ਼ ਦੇ ਵਿੱਚ ਰੋਜ਼ਗਾਰ ਸਾਧਨ ਪੈਦਾ ਕਰਨ ਵਾਲਾ ਗਰੋਥ ਇੰਜਣ ਆ ਐਗਰੀਕਲਚਰ, ਉਹ ਬਹੁਤ ਵੱਡਾ ਸਰਵਾਈਵਲ ਦੇ ਲਈ ਇੱਕ ਸਾਧਨ ਸਾਬਤ ਹੋਏਗਾ। ਪਿਛਲਿਆਂ ਸਮਿਆਂ ਤੋਂ ਖੇਤੀ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਇਹਨੂੰ ਲਾਹੇਵੰਦਾ ਧੰਦਾ ਤਾਂ ਬਣਾਉਣਾ ਹੈ ਬਟ ਫਾਰਮਰ ਦੀ ਇਨਕਮ ਡਬਲ ਕਰ ਦਿਆਂਗੇ। ਇਹ ਸਿਰਫ ਇੱਕ ਅੰਕੜਿਆਂ ਦਾ ਝੋਲ ਮੋਲ ਹੀ ਨਜ਼ਰ ਆ ਰਿਹਾ ਹੈਗਾ। ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਮੈਂ 2022 ਤੱਕ ਸਮੁੱਚੇ ਭਾਰਤ ਦੇ ਕਿਸਾਨਾਂ ਦੀ ਜਿਹੜੀ ਆਮਦਨੀ ਉਹ ਦੋਗੁਣਾ ਕਰ ਦਿਆਂਗਾ। ਉੱਥੇ ਕੁਝ ਸਮੇਂ ਦੇ ਬਾਅਦ ਹੀ ਗੱਲਾਂ 'ਤੇ ਉੱਠਣੇ ਦੇ ਵਿਚਾਰ ਸ਼ੁਰੂ ਹੋ ਗਏ ਕਿ ਤੁਸੀਂ ਪ੍ਰੋਡਕਸ਼ਨ ਡਬਲ ਦੀ ਗੱਲ ਕਰ ਰਹੇ ਹੋ ਕਿਉਂਕਿ ਤੁਹਾਡੀਆਂ ਗੱਲਾਂ ਆਮਦਨੀ ਡਬਲ ਕਰਨ ਵੱਲ ਕੁਝ ਨਹੀਂ ਨਜ਼ਰ ਆ ਰਹੀਆਂ, ਕਿ ਤੁਸੀਂ ਉਹਦੀ ਆਮਦਨੀ ਡਬਲ ਕਰਨ ਨਾਲ ਗੱਲ ਕਰ ਰਹੇ ਹੋ। ਜੇ ਉਸ ਵੇਲੇ ਦੇ ਹਿਸਾਬ ਨਾਲ ਅਸੀਂ ਚੱਲਦੇ ਜੋ ਸਾਡਾ ਗਰੋਥ ਰੇਟ ਚੱਲ ਰਿਹਾ ਸੀ ਅਤੇ 16-17% ਦੇ ਕੋਲ ਕੋਲ ਐਗਰੀਕਲਚਰ ਦੇ ਵਿੱਚ ਗਰੋਥ ਚਾਹੀਦੀ ਹੈ ਜਿਹੜੀ ਕਿ ਦੁਨੀਆ ਦੇ ਕਿਸੇ ਕੰਟਰੀ ਵਿੱਚ ਨਹੀਂ ਹੋ ਪਾਈ, ਔਰ ਉਸ ਵੇਲੇ ਅਸੀਂ ਮੌਜੂਦਾ 6% ਦੇ ਇਰਦ ਗਿਰਦ ਫਿਰ ਰਹੇ ਸੀ। ਤਾਂ ਹੀ 2022 ਤੱਕ ਕਿਸਾਨੀ ਦਾ ਜਿਹੜਾ ਆਮਦਨੀ ਦੀ ਗੱਲ ਚੱਲ ਰਹੀ ਹੈ ਡਬਲ ਹੋਣ ਦੀ, ਉਹ ਅਸੀਂ ਅਚੀਵ ਕਰ ਸਕਦੇ ਸਾਂ, ਜਿਹੜਾ ਕਿ ਬਿਲਕੁਲ ਨਾਮੁਮਕਿਨ ਲੱਗ ਰਿਹਾ। ਔਰ ਅੱਜ 2022 ਆ ਗਿਆ, ਹੁਣ ਅਸੀਂ ਕਿਤੇ ਵੀ ਕਿਸਾਨੀ ਡਬਲ ਕਰਨ ਦੇ ਨੇੜੇ ਤੇੜੇ 'ਤੇ ਲੱਗ ਹੀ ਨਹੀਂ ਰਹੀ ਫਾਰਮ ਇਨਕਮ ਦੇ। ਉੱਤੋਂ ਧੰਨਾ ਸੇਠਾਂ ਦੇ ਮੋਢਿਆਂ 'ਤੇ ਚੜ੍ਹ ਕੇ ਜਿਹੜੇ 3 ਕਿਸਾਨ ਵਿਰੋਧੀ ਕਾਨੂੰਨ ਲੈ ਆਏ ਔਰ ਸਾਰੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਛਿੱਕੇ ਢੰਗ ਕੇ ਜਿਸ ਤਰ੍ਹਾਂ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਅਤੇ ਫਿਰ ਰਾਜ ਸਭਾ ਦੇ ਰੌਲੇ ਰੱਪੇ ਵਿੱਚ ਪਾਸ ਕਰਾਤਾ ਗਿਆ, ਸਮੁੱਚੇ ਦੇਸ਼ ਦਾ 2 ਸਾਲ ਲਗਾਤਾਰ ਖਰਾਬ ਹੋਏ ਇਸ ਰੌਲੇ ਗੌਲੇ ਦੇ ਵਿੱਚ। ਕਿਸਾਨੀ ਨੇ ਸਮਝ ਲਿਆ ਵੀ ਇਹ ਸਰਕਾਰ ਤੱਕ ਇਹ ਸਹੀ ਗੱਲ ਨਹੀਂ ਪਹੁੰਚ ਰਹੀ। ਦੇਸ਼ ਦੇ ਕੋਨੇ ਕੋਨੇ 'ਚੋਂ ਕਿਸਾਨ ਹਰ ਸਰਕਾਰ ਦਾ ਵਿਰੋਧ ਝੱਲਦੇ ਹੋਏ ਹੱਦਾਂ ਬੰਨੇ ਟੱਪ ਕੇ ਦਿੱਲੀ ਪਹੁੰਚ ਗਏ, ਬਾਰਡਰਾਂ 'ਤੇ ਧਰਨਾ ਲਾਇਆ, 1.5 ਸਾਲ ਦੇ ਲਗਭਗ ਇਹ ਚੱਲਿਆ, ਮੁੜ ਕੇ ਇਹ ਕਿਸਾਨ ਵਿਰੋਧੀ ਬਿੱਲ ਵਾਪਸ ਲੈ ਲਏ ਜਦੋਂ ਕਿ ਆਰਡੀਨੈਂਸ ਰਾਹੀਂ ਇਹ ਬਣਾਏ ਗਏ ਸਨ। ਕਿਤੇ ਇੱਕ ਪ੍ਰਦੇਸ਼ ਦੇ ਵਿੱਚ ਜਦੋਂ ਕਿ ਆਲਰੇਡੀ ਇੰਪਲੀਮੈਂਟ ਹੋ ਚੁੱਕੇ ਸਨ ਕਿਤੇ ਕੋਈ ਚੀਜ਼ ਦੀ ਨਜ਼ਰ ਆਈ, ਕਿਸੇ ਨੂੰ ਆਸ ਦੀ ਕਿਰਨ ਨਜ਼ਰ ਆਈ? ਅਖੀਰ ਇਹ ਵਾਪਸ ਲੈਣੇ ਪਏ, ਇਹ ਕਹਿ ਕੇ ਕਿ ਅਸੀਂ MSP ਦੇ ਉੱਤੇ ਵੀ ਵਿਚਾਰ ਕਰਾਂਗੇ। MSP ਕਹਿ ਦਿੱਤੀ ਗਈ। ਅੱਜ ਦੇ ਦਿਨ ਤੱਕ ਕਿਸਾਨ ਯੂਨੀਅਨਾਂ ਫਿਰ ਸਰਗਰਮ ਹੋ ਰਹੀਆਂ ਨੇ, ਫਿਰ ਧਰਨੇ ਲਾਉਣ ਲਈ ਮੁਸ਼ਕਲ ਉਹਨਾਂ ਨੂੰ ਆ ਗਈ ਹੈ ਕਿ ਕੋਈ ਸੁਣ ਨਹੀਂ ਰਿਹਾ।
ਇਹਦਾ ਮਤਲਬ ਵੀ ਜਿੰਨਾ ਸੱਤਾ ਸੰਘਰਸ਼ ਹੋਇਆ ਔਰ ਜਿੰਨਾ ਕਿਸਾਨੀ ਨੂੰ ਨੀਵਾਂ ਕਰਕੇ ਪੇਸ਼ ਕੀਤਾ ਗਿਆ ਔਰ ਮੁੜ ਸਮਝੌਤੇ ਦੀ ਗੱਲ ਕਰਦੇ ਆਉਂਦੇ ਹੋਏ ਯੂਨੀਲੈਟਰਲੀ ਇੱਕੋ ਪਾਸੇ ਇੱਕ ਤਰਫਾ ਫੈਸਲਾ ਕਰਕੇ ਬਿੱਲ ਵਾਪਸ ਲੈ ਲਏ, ਉਹਦਾ ਹਾਸਿਲ ਕੀ ਹੋਇਆ? ਹੁਣ ਅੱਜ ਹਾਲਾਤ ਇਹ ਨੇ, ਤੁਸੀਂ ਮੀਡੀਆ ਭਰਿਆ ਪਿਆ ਹੈ, 1.5 ਰੁਪਏ ਤੋਂ ਲੈ ਕੇ 2.25 ਰੁਪਏ ਕਿਲੋ ਲਸਣ ਵਿਕ ਰਿਹਾ, ਪਿਆਜ਼ ਜਿਹੜੀ ਬੈਲਟ 'ਚੋਂ ਚੱਲਦਾ ਹੈ। ਇਹ ਕੱਲ੍ਹ ਦੀ ਖਬਰ ਆ ਕਿ ਇੱਕ ਕਿਸਾਨ 2100 ਕਿਲੋ ਪਿਆਜ਼ ਮੰਡੀ 'ਚ ਵੇਚਣ ਗਿਆ, ਉਹਦਾ ਟਰਾਂਸਪੋਰਟ ਦਾ ਅਤੇ ਹਮਾਲੀ ਦਾ ਖਰਚਾ ਪਾ ਕੇ, ਉਹਦੇ ਪੱਲਿਓਂ ਪੈਸੇ ਪਾ ਕੇ ਉਹਦੀ ਖਲਾਸੀ ਹੋਈ ਆੜ੍ਹਤੀਏ ਕੋਲੋਂ ਕਿ ਜਿੰਨੇ ਦਾ ਉਹ ਅਖੀਰ ਪਿਆਜ਼ ਵਿਕਿਆ ਉਨੇ ਤਾਂ ਉਹਦੇ ਬੋਰੀ ਦੇ ਖਰਚੇ 'ਤੇ ਵੀ ਘੱਟ ਉਹਨੂੰ ਜਿਹੜਾ ਉਹਦਾ ਪੈਸਾ ਮਿਲਿਆ। ਇਹ ਕਿਸ ਤਰ੍ਹਾਂ ਕਿਸਾਨੀ ਦਾ ਜਿਹੜਾ ਡਬਲਿੰਗ ਫਾਰਮਰ ਇਨਕਮ ਹੋਏਗੀ, ਇਹ ਲੋਕ ਸਰਕਾਰ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਰਹੇ ਨੇ, ਕਿਉਂ ਸਰਕਾਰਾਂ ਡਿਲੀਵਰ ਵੀ ਕਰਦੀਆਂ ਰਹੀਆਂ ਨੇ। ਹੁਣ ਹਾਲਾਤ ਐਸੇ ਬਣ ਚੁੱਕੇ ਨੇ ਕਿ ਸਰਕਾਰ ਕੁਝ ਕਹਿ ਦਿੰਦੀ ਹੈ, ਔਰ ਇਹ 4th-5th ਵਾਰੀ ਪਿਛਲੇ 5 ਸਾਲਾਂ 'ਚ ਹੋ ਗਿਆ ਕਿ ਕਿਸਾਨੀ, ਨੌਜਵਾਨੀ ਅਤੇ ਆਮ ਮਿਡਲ ਕਲਾਸ ਦਾ, ਮੱਧਮ ਵਰਗ ਦਾ ਇਹ ਇੱਕ ਗੱਲ ਬਣ ਗਈ ਹੈ ਕਿ ਸਰਕਾਰ ਕੁਝ ਵੀ ਕਹਿ ਦੇਵੇ ਅਖੀਰ ਨਿਕਲਣਾ ਕੁਛ ਨਹੀਂ ਹੁੰਦਾ। ਇਹ ਦੇਸ਼ ਲਈ, ਨੌਜਵਾਨ ਪੀੜ੍ਹੀ ਲਈ ਅਤੇ ਸਾਡੇ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਗੱਲਾਂ ਨੇ। ਜੇ ਸਰਕਾਰ ਇੱਕ ਗੱਲ ਕਹੇ, ਉਹਦਾ ਪੁਗਾਣਾ, ਉਹਦਾ ਇਖਲਾਕੀ ਵੀ ਫਰਜ਼ ਹੈ ਅਤੇ ਬੁਨਿਆਦੀ ਫਰਜ਼ ਵੀ ਹੈਗਾ। ਕਿਸਾਨੀ ਦੇ ਜੋ ਮੁੱਦੇ ਉੱਭਰ ਕੇ ਸਾਹਮਣੇ ਆਏ ਨੇ, ਇਸ ਵੇਲੇ ਜਿਸ ਹਿਸਾਬ ਦੇ ਨਾਲ ਕਣਕ ਦੀ ਖਰੀਦ ਕੇਂਦਰੀ ਏਜੰਸੀਆਂ ਵੱਲੋਂ ਪਿਛਲੇ ਸੀਜ਼ਨ ਵਿੱਚ ਕੀਤੀ ਗਈ, ਉਹ ਉਸ ਸੀਜ਼ਨ ਦੇ ਮੁਤਾਬਕ ਜੋ ਅੰਕੜੇ ਕਹਿ ਰਹੇ ਸਨ, 52-53% ਦੇ ਕੋਲ ਕੇਂਦਰੀ ਏਜੰਸੀਆਂ ਨੇ ਖਰੀਦੀ, ਉਹ ਵੀ ਉਹਨਾਂ ਲਈ ਕਿ ਜੋ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿਹੜਾ ਰਾਖਵਾਂ ਸਿਸਟਮ ਹੈ, ਉਹਦੇ ਲਈ ਹੀ ਮਸਾਂ ਬਰਾਬਰ ਹੋਏਗੀ। ਬਾਕੀ ਜੇ ਓਪਨ ਮਾਰਕੀਟ ਦੇ ਵਿੱਚ ਖਰੀਦੀ ਗਈ ਹੈ, ਚੰਦ ਧੰਨਾ ਸੇਠਾਂ ਦੇ ਕਹਿਣ ਦੇ ਉੱਤੇ ਜਾਂ ਉਹਨਾਂ ਦੀਆਂ ਫਰੰਟ ਕੰਪਨੀਆਂ ਦੇ ਉੱਤੇ, ਉਹ ਅੱਜ ਮੈਂ ਵਾਅਦਾ ਕਰਨਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਮੁਸ਼ਕਲ ਹੋਏਗਾ ਸਾਡੇ ਲਈ। ਕਿਉਂ, ਜਿਸ ਹਿਸਾਬ ਨਾਲ MSP ਦੇ ਰੇਟ ਖਰੀਦਿਆ ਜਾ ਰਿਹਾ, ਕਣਕ ਖਰੀਦੀ, ਹੁਣ ਝੋਨੇ ਦਾ ਸੀਜ਼ਨ ਚੱਲਦਾ ਪਿਆ, ਅੰਤਰਰਾਸ਼ਟਰੀ ਫੂਡ ਗ੍ਰੇਨ ਕੰਪਨੀਆਂ ਦੇ ਕੋਲ ਇੰਨਾ ਮਾਦਾ ਹੈ, ਇੰਨੀ ਕਪੈਸਿਟੀ ਹੈ ਕਿ ਕਿਸੇ ਕੰਟਰੀ ਦੇ ਵਿੱਚ ਸਸਤੇ ਭਾਅ 'ਤੇ ਰੇਟ 'ਤੇ ਉਹ ਆਪਣਾ ਅੰਨ ਵੇਚ ਸਕਦੀਆਂ ਹਨ, ਡੈਫੀਸਿਟ ਫਾਈਨੈਂਸ ਕਰਕੇ, ਕਿਉਂਕਿ ਇੰਟਰਨੈਸ਼ਨਲ ਕਾਰਟਲ ਹਨ, ਉਹ ਉਸ ਦੇਸ਼ ਦੀ ਇਕੋਨਮੀ ਦਾ ਬੇੜਾ ਗਰਕ ਕਰਨ ਦਾ ਮਾਦਾ ਰੱਖਦੇ ਹਨ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਡਿਪੈਂਡੈਂਸੀ ਸ਼ੁਰੂ ਹੋ ਜਾਵੇ। ਸਾਨੂੰ ਪਿਛਲੇ ਸਾਲ ਇਹੋ ਜਿਹੀ ਇੱਕ ਛੋਟੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੀ ਜੋ ਉਣਤਾਈ ਸੀ, ਉਹ ਸਾਹਮਣੇ ਆਈ ਕਿ ਹਰਿਆਣੇ ਦੇ ਵਿੱਚ ਖਾਣ ਪੀਣ ਦੇ ਨਾਲ ਇੱਕ ਤੇਲ ਦਿੱਤਾ ਜਾਂਦਾ ਸੀ, ਸਰ੍ਹੋਂ ਦਾ ਤੇਲ, ਕਿ ਤੁਸੀਂ 1 ਲੀਟਰ ਤੁਹਾਨੂੰ ਸਰ੍ਹੋਂ ਦਾ ਤੇਲ ਦੇਵਾਂਗੇ। ਬਜਟ ਦੇ ਵਿੱਚ ਜੋ ਪ੍ਰੋਵੀਜ਼ਨ ਰੱਖੀ ਗਈ, ਉਹ ਲਗਭਗ 120 ਰੁਪਏ ਦੀ ਰੱਖੀ ਗਈ, ਔਰ ਸਾਰੀ ਇਸ ਇਲਾਕੇ ਦੀ ਸਰ੍ਹੋਂ ਇੱਕ ਧੰਨਾ ਸੇਠ ਨੇ ਖਰੀਦ ਕੇ ਉਹਨੇ ਆਪਣੇ ਬ੍ਰਾਂਡ ਦੇ ਥੱਲੇ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ, ਔਰ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਈਆ ਦੇ ਪਾਊਚ, 200 ml ਦੇ ਪਾਊਚ ਮਾਰਕੀਟ ਦੇ ਵਿੱਚ ਸਰ੍ਹੋਂ ਦੇ ਤੇਲ ਦੇ ਆ ਗਏ, ਔਰ ਮਾਰਕੀਟ ਦੇ ਵਿੱਚ ਰੇਟ 225 ਤੋਂ ਉੱਪਰ ਚਲੇ ਗਿਆ। ਹੁਣ ਸਰਕਾਰ ਨੇ ਕੀ ਕੀਤਾ, ਸਟੇਟ ਦੀ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ 120 ਰੁਪਏ ਦਾ ਕੈਸ਼ ਵਾਊਚਰ ਦੇ ਦਿਓ, ਆਟਾ ਦਾਲ ਤਾਂ ਅਸੀਂ ਦੇ ਦਿੰਦੇ ਹਾਂ, ਤੇਲ ਜਿਹੜਾ ਬਾਜ਼ਾਰ ਵਿੱਚੋਂ ਖਰੀਦ ਲਿਆ ਜਾਵੇ। ਇਹਦਾ ਮਤਲਬ ਵੀ ਆਮ ਅਤੇ ਅਣਜਾਣ ਜਨਤਾ ਨੂੰ ਮਾਰਕੀਟ ਫੋਰਸਿਸ ਦੇ ਅੱਗੇ ਸੁੱਟ ਦਿੱਤਾ ਗਿਆ, ਅਤੇ ਜੇ ਇਹੋ ਹਾਲਾਤ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਆਉਣ ਵਾਲੇ ਦਿਨਾਂ ਵਿੱਚ ਹੋਏ, ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਕਿ ਜੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹਨਾਂ ਦੇ ਖਾਤਿਆਂ ਦੇ ਵਿੱਚ ਤੁਸੀਂ ਨਗਦੀ ਪਾ ਦਿਓ, ਉਹਦਾ ਨੁਕਸਾਨ ਕੀ ਹੋਏਗਾ? ਨਗਦੀ ਪਾ ਦਿੱਤੀ ਤੁਸੀਂ, ਬਟ ਉਹਦੇ ਮਾਰਕੀਟ ਦੇ ਵਿੱਚ ਉਹਦਾ ਰੇਟ ਤਾਂ ਆਲਰੇਡੀ ਅਸਮਾਨਾਂ ਨੂੰ ਛੂਹਿਆ ਜਾ ਰਿਹਾ, ਅਤੇ ਉਹ ਆਮ ਆਦਮੀ ਦਾ ਕੀ ਬਣੇਗਾ? ਇਹ ਸਰਕਾਰਾਂ ਨੇ, ਭਾਰਤ ਦੇ ਵਿੱਚ ਜਿਹੜੀ ਸਟੇਟ ਆ, ਇਹ ਵੈਲਫੇਅਰ ਸਟੇਟ ਆ, ਇਹ ਕੋਈ ਕੈਪੀਟਲਿਸਟ ਕੰਟਰੋਲਡ ਨਹੀਂ ਹੈਗੀ ਕਿ ਇਹ ਆਮ ਜਨਤਾ ਲਈ ਹੈ। ਤੁਸੀਂ ਕਿਸਾਨੀ ਦੀ MSP ਕਹਿ ਕੇ ਉਹਨੂੰ ਮਾਰਕੀਟ ਫੋਰਸਿਸ ਅੱਗੇ ਨਹੀਂ ਸੁੱਟ ਸਕਦੇ, ਜਦੋਂ ਕਿ ਉਹ ਤਿਆਰ ਹੀ ਨਹੀਂ ਹੈ। ਬੁਨਿਆਦੀ ਤੌਰ 'ਤੇ ਉਹ ਪ੍ਰੋਡਕਸ਼ਨ ਏਜੰਟ ਸੀਗੇ, ਗ੍ਰੇਨ ਪੈਦਾ ਕਰਨ ਵਾਲੇ ਕਿਸਾਨ ਨੇ, ਔਰ ਉਹ ਕਦੇ ਵੀ ਮਾਰਕੀਟ ਦੇ ਵਿੱਚ ਚੀਜ਼ ਵੇਚਣ ਨਹੀਂ ਜਾਂਦੇ। ਆਮ ਤੌਰ 'ਤੇ ਸਾਡੇ ਇਲਾਕਿਆਂ ਵਿੱਚ ਇਹ ਗੱਲ ਮਸ਼ਹੂਰ ਹੈ ਕਿ ਮੈਂ
ਕਣਕ ਸੁੱਟਣ ਚੱਲਿਆ, ਮੈਂ ਝੋਨਾ ਸੁੱਟਣ ਚੱਲਿਆ, ਕਦੇ ਉਹ ਵੇਚਣ ਨਹੀਂ ਜਾਂਦਾ। ਜੇ ਉਹ ਵੇਚਣ ਜਾਂਦਾ ਹੈ ਤਾਂ ਫਿਰ ਮਾਰਕੀਟ ਦੇ ਵਿੱਚ ਉਹਨੂੰ ਵੈਲਿਊ ਮਿਲਦੀ ਹੈ ਕਿ ਮੈਂ ਇੰਨੇ ਰੇਟ 'ਤੇ ਨਹੀਂ ਇੰਨੇ 'ਤੇ ਖਰੀਦਣੀ ਹੈ। ਆਮ ਕਿਸਾਨ ਨਹੀਂ, ਕਿਸੇ ਚੰਗੇ ਭਲੇ ਕਿਸਾਨ ਦੀ ਵੀ ਇਸ ਵੇਲੇ ਕਪੈਸਿਟੀ ਨਹੀਂ ਹੈ ਕਿ ਉਹ ਆਪਣੀ ਜਿਹੜੀ ਫਸਲ ਆ ਉਹਦਾ ਰੇਟ ਨੈਗੋਸ਼ੀਏਟ ਕਰ ਸਕੇ, ਕਿਉਂਕਿ ਜਦੋਂ ਇਹ ਮਾਰਕੀਟ ਦੇ ਵਿੱਚ ਆਉਂਦੀ ਹੈ ਚਾਰੋਂ ਪਾਸਿਓਂ ਫਲੱਡਿੰਗ ਹੋ ਜਾਂਦੀ ਹੈ। ਸਰਕਾਰ ਕੋਲੋਂ ਨਾ ਤਾਂ ਕਣਕ ਚੁੱਕੀ ਜਾਂਦੀ ਹੈ ਲਗਾਤਾਰ, ਅਤੇ ਨਾ ਹੀ ਪੈਡੀ, ਔਰ ਉਹਨਾਂ ਦਿਨਾਂ 'ਚ ਹੀ ਐਜੀਟੇਸ਼ਨ ਸ਼ੁਰੂ ਹੋ ਜਾਂਦੀ ਹੈ। ਉਹਨਾਂ ਦਿਨਾਂ 'ਚ ਹੀ ਪੱਲੇਦਾਰ, ਉਹਨਾਂ ਦਿਨਾਂ 'ਚ ਹੀ ਠੇਕੇਦਾਰ, ਉਹਨਾਂ ਵਿੱਚ ਹੀ ਲੇਬਰ, ਉਹਨਾਂ ਦਿਨਾਂ 'ਚ ਹੀ ਖਰੀਦ ਏਜੰਸੀਆਂ ਦੇ ਮੁਲਾਜ਼ਮ, ਉਹਨਾਂ ਦਿਨਾਂ ਦੇ ਵਿੱਚ ਹੀ ਸਰਕਾਰੀ ਮੁਲਾਜ਼ਮ, ਅਤੇ ਉਹਨਾਂ ਦਿਨਾਂ ਵਿੱਚ ਹੀ ਟਰਾਂਸਪੋਰਟ ਦਾ ਮਹਿਕਮਾ। ਸਭ ਨੂੰ ਇਹ ਲੱਗਦਾ ਕਿ ਕਿਸਾਨੀ ਦੇ ਮੋਢਿਆਂ 'ਤੇ ਚੜ੍ਹ ਕੇ ਅਸੀਂ ਆਪਣੇ ਰੁਕੇ ਹੋਏ ਫੈਸਲੇ ਕਰਵਾ ਸਕਦੇ ਹਾਂ, ਔਰ ਅੰਤ ਕਿਸਾਨ ਨੂੰ ਆਪਣੀ ਫਸਲ ਮਾਰਕੀਟ ਰੇਟ ਅਤੇ MSP ਤੋਂ ਕਿਤੇ ਥੱਲੇ ਰੇਟ 'ਤੇ ਵੇਚਣੀ ਪੈਂਦੀ ਹੈ, ਕਿਉਂਕਿ ਮੀਂਹ ਕਣੀ ਦੇ ਵਿੱਚ ਮੌਸਮ ਦੀ ਬੇਮੌਸਮੀ ਕਾਰਨ ਉਹ ਨਹੀਂ ਸਸਟੇਨ ਕਰ ਸਕਦਾ ਹੁੰਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਰਤ ਦੇਸ਼ ਦੇ ਵਿੱਚ ਇੱਕ ਸੋਸ਼ਲ ਵੈਲਫੇਅਰ ਸਟੇਟ ਹੈ, ਜਿਹਨੂੰ ਸਰਕਾਰ ਇਹ ਕਹਿ ਕੇ ਅਣਗੌਲਿਆ ਨਹੀਂ ਕਰ ਸਕਦੀ ਕਿ ਅਸੀਂ ਕੰਪੀਟੀਸ਼ਨ ਖੋਲ੍ਹਣ ਲੱਗੇ ਹਾਂ, ਅਸੀਂ ਆਮ ਜਨਤਾ ਲਈ ਸਿੱਧਾ ਕੈਸ਼ ਟ੍ਰਾਂਸਫਰ ਕਰ ਸਕਦੇ ਹਾਂ। ਅਤੇ ਜੇ ਸਰੋਂ ਦਾ ਹਾਲ ਹੋਇਆ ਜਿਹੜੀ ਤਾਂ 70 ਰੁਪਏ ਕਿਲੋ ਸੀਗੀ, ਅਤੇ ਮੁੜ ਕੇ ਤੇਲ ਉਹਦਾ 220 ਰੁਪਏ ਕਿਲੋ ਵਿਕ ਰਿਹਾ ਹੈਗਾ, ਅਤੇ ਉਹ ਕਿਸ ਤਰ੍ਹਾਂ ਮਾਰਕੀਟ ਫੋਰਸਿਸ ਦੇ ਚੁੰਗਲ ਤੋਂ ਆਮ ਜਨਤਾ ਬਾਹਰ ਆ ਸਕੇਗੀ। ਸੋ ਸਮੇਂ ਦੀ ਲੋੜ ਹੈ, ਚੰਗੇ ਬੀਜ ਜਿਹੜੇ ਨੇ ਉਹ ਕਿਸਾਨ ਦੇ ਖੇਤ ਤੱਕ ਪੁੱਜਦੇ ਕੀਤੇ ਜਾਣ, ਰਾਹ ਦੇ ਵਿਚਲੇ ਜਿਹੜੇ ਇਨਪੁੱਟ ਪ੍ਰੋਵਾਈਡਰ ਨੇ ਜਾਂ ਸਰਟੀਫਾਈਡ ਏਜੰਸੀਆਂ ਨੇ ਉਹਨਾਂ ਦੇ ਉੱਤੇ ਚੈੱਕ ਰੱਖਿਆ ਜਾਵੇ। ਉਸ ਤੋਂ ਬਾਅਦ ਜਿਹੜੀਆਂ ਕੀੜੇ ਮਾਰ ਦਵਾਈਆਂ ਨੇ ਜਾਂ ਖਰਪਤਮਾਰ ਦਵਾਈਆਂ ਨੇ ਉਹਨਾਂ ਦਾ ਕੋਈ ਰੈਗੂਲੇਟਰ ਹੋਣਾ ਚਾਹੀਦਾ। ਉਹ ਆਪਣੀ ਮਰਜ਼ੀ ਨਾਲ ਮਲਟੀਨੈਸ਼ਨਲ ਕੰਪਨੀਆਂ ਉਹਨਾਂ ਦੇ ਪੈਸੇ ਦਾ ਫੈਸਲਾ ਕਰਦੀਆਂ ਕਿ ਕੀ ਮਾਰਕੀਟ 'ਚ ਰੇਟ ਹੋਏਗਾ, ਅਤੇ ਉਹਨੂੰ ਚਲਾਉਣ ਵਾਲੇ ਉਹ ਨੇ ਜਿਹੜੇ ਉਹਨਾਂ ਦੇ ਡੀਲਰ ਨੇ। ਆਮ ਕਿਸਾਨ ਦੀ ਪਹੁੰਚ ਖੇਤੀਬਾੜੀ ਮਹਿਕਮੇ ਦੇ ਪਹੁੰਚਣ ਤੋਂ ਪਹਿਲਾਂ ਰਸਤੇ 'ਚ ਆਉਂਦੇ ਉਹ ਕੀੜੇ ਮਾਰ ਦਵਾਈਆਂ ਦੇ, ਖਰਪਤਮਾਰ ਦਵਾਈਆਂ ਦੇ ਡੀਲਰ ਨੇ, ਜਿਹੜੇ ਆਪਣਾ ਵਿਚਾਰ ਆਪੇ ਦੱਸ ਕੇ ਅਤੇ ਉੱਥੇ ਜਿਹੜੀ ਚੀਜ਼ ਦੀ ਨਹੀਂ ਵੀ ਲੋੜ ਉਹ ਦੇ ਦਿੰਦੇ ਨੇ। ਉਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਕਿ ਜਿਹੜਾ ਸੀਡ ਬਣਿਆ ਹੁੰਦਾ ਹੈ ਉਹ ਜਿਹੜਾ ਖੇਤੀਬਾੜੀ ਮਹਿਕਮਾ ਉਹਦਾ ਫਰਜ਼ ਹੁੰਦਾ ਹੈ ਕਿ ਉਹ ਕਿਸਾਨੀ ਤੱਕ ਪੁੱਜਦਾ ਕੀਤਾ ਜਾਵੇ, ਉਹਦਾ ਪ੍ਰੋਪਰ ਰਿਕਾਰਡ ਰੱਖਿਆ ਜਾਵੇ। ਔਰ ਆਮ ਤੌਰ 'ਤੇ ਮੈਂ ਦਾਅਵੇ ਨਾਲ ਕਹਿ ਦਿੰਦਾ ਕਿ ਸਹੀ ਟਾਰਗੇਟ 'ਤੇ ਉਹ ਪਹੁੰਚ ਹੀ ਨਹੀਂ ਪਾਉਂਦਾ। ਕੀੜੇਮਾਰ ਦਵਾਈਆਂ ਇਹ ਜਿਹੜੀਆਂ ਤਾਂ ਅਸਮਾਨੀ ਛੂ ਰਹੀਆਂ ਹੁੰਦੀਆਂ ਨੇ ਕੀਮਤਾਂ ਉਹਨਾਂ ਦੀਆਂ, ਉਹਨਾਂ ਦਾ ਅਸਰ ਕਿੰਨਾ ਕੁ ਹੁੰਦਾ। ਉਸ ਤੋਂ ਬਾਅਦ ਜਦੋਂ ਖਾਦ ਪਾਈ ਜਾਂਦੀ ਹੈ, ਹਮੇਸ਼ਾ ਇੱਕ ਸਾਈਕਲ ਬਣ ਚੁੱਕਿਆ ਕਿ ਖਾਦ ਕਦੇ ਲੋੜ ਵੇਲੇ ਪ੍ਰੋਪਰ ਨਹੀਂ ਲੱਭਦੀ। ਉਹਦਾ ਕਾਰਨ ਇਹ ਆ ਕਿ ਜਿਹੜੇ ਇਨਪੁੱਟ ਪ੍ਰੋਵਾਈਡਰ ਨੇ, ਜੋ ਦਵਾਈਆਂ ਦੇ ਡੀਲਰ ਨੇ, ਉਹ ਖਾਦ ਦੇ ਨਾਲ ਹੀ ਰਲਾ ਕੇ ਕੀੜੇ ਮਾਰ ਦਵਾਈਆਂ ਦਿੰਦੇ ਨੇ, ਗਰੋਥ ਰੈਗੂਲੇਟਰ ਦਿੰਦੇ ਨੇ, ਔਰ ਜੋ ਵੀ ਕੋਈ ਹੋਰ ਖਣਿਜ ਪਦਾਰਥ ਤੱਤ ਹੁੰਦੇ ਨੇ ਉਹ ਉਹਦੇ ਨਾਲ ਲਗਾ ਕੇ ਦਿੰਦੇ ਨੇ, ਕਿਉਂਕਿ ਉਹਦੇ ਕੋਲ ਉਹ ਅਵੇਲੇਬਲ ਹੁੰਦੀ ਹੈ ਖਾਦ। ਇਹ ਇੱਕ ਸਭ ਤੋਂ ਵੱਡਾ ਇਸ ਦੇਸ਼ ਦਾ ਗਰੋਥ ਇੰਜਣ ਹੈ। ਕਿਸਾਨੀ ਨੂੰ ਉਹਦੇ ਘਰ ਦੇ ਵਿੱਚ ਹੀ ਇੰਪਲੋਇਮੈਂਟ ਮਿਲ ਸਕਦੀ ਹੈ, ਅਤੇ ਜੇ ਅਸੀਂ ਉਸ ਇੰਪਲੋਇਮੈਂਟ ਨੂੰ ਨਹੀਂ ਦੇਣਾ, ਤਾਂ ਇੱਕ ਵਾਰ ਘਰੋਂ ਘਰ ਬਾਹਰ ਕਦਮ ਪੁੱਟਿਆ, ਉਹ ਖੱਜਲ ਖੁਆਰੀ ਲਈ ਇੱਕ ਸ਼ੁਰੂਆਤ ਹੁੰਦੀ ਹੈ। ਉਹ ਫਿਰ ਕਿਸਾਨ ਇੱਕ ਵਾਰ ਲੀਓ ਲੱਥਿਆ, ਉਹ ਸਦਾ ਲੱਥਦਾ ਹੀ ਜਾਂਦਾ, ਕਰਜ਼ੇ ਦੇ ਬੋਝ ਥੱਲੇ ਡੱਬਦਾ ਹੀ ਜਾਂਦਾ। ਇਹ ਸਮੇਂ ਦੀ ਲੋੜ ਹੈ, ਸਰਕਾਰ ਜਿੰਨੀ ਜਲਦੀ ਸਮਝੇਗੀ, ਨਹੀਂ ਤਾਂ ਮਾਈਗ੍ਰੇਸ਼ਨ ਜੋ ਸ਼ਹਿਰੀ ਇਲਾਕਿਆਂ ਨੂੰ ਹੋ ਰਹੀ ਹੈ, ਆਲਰੇਡੀ ਸ਼ਹਿਰਾਂ ਦੇ ਵਿੱਚ ਭਾਰੀ ਇਨਫਰਾਸਟ੍ਰਕਚਰ ਦੇ ਉੱਤੇ ਬੋਝ ਪਿਆ ਹੋਇਆ, ਇਹ ਅਨਕੰਟਰੋਲੇਬਲ ਸਥਿਤੀ ਵਿੱਚ ਪਹੁੰਚਣ ਵਾਲਾ।